ਰੂਸ ਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਦੋਵੇਂ ਹੀ ਦੇਸ਼ ਸ਼ਾਂਤੀ ਦੇ ਰਾਹ ਦੇ ਉੱਤੇ ਚੱਲਣ ਲਈ ਤਿਆਰ ਨਹੀਂ ਹਨ ਅਜਿਹੇ ਦੇ ਵਿੱਚ ਫੌਜੀਆਂ ਦੇ ਵਿੱਚ ਜਿਹੜੇ ਕੀ ਜੰਗ ਦੇ ਵਿੱਚ ਲੜ ਰਹੇ ਨੇ ਉਹਨਾਂ ਦੇ ਨਾਲ ਵੱਡੀਆਂ ਘਟਨਾਵਾਂ ਵੀ ਹੋ ਰਹੀਆਂ ਨੇ ਕਿਉਂਕਿ ਉਹ ਜ਼ਖਮੀ ਹੋ ਰਹੇ ਨੇ ਜ਼ਖਮੀ ਹੁੰਦੇ ਕਈ ਵਾਰ ਕੁਝ ਐਹੋ ਜਿਹੀਆਂ ਭਿਆਨਕ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਕਿ ਹਰ ਕਿਸੇ ਨੂੰ ਹੈਰਾਨ ਕਰ ਦਿੰਦੀਆਂ ਨੇ ਜੀ ਹਾਂ ਬਿਲਕੁਲ ਇੱਕ ਇਹੋ ਜੀ ਘਟਨਾ ਵਾਪਰੀ ਹੈ ਰੂਸ ਦੇ ਇੱਕ ਫੌਜੀ ਦੇ ਨਾਲ ਇਹੋ ਜੀ ਖਬਰ ਹੈ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਜ਼ਖਮੀ ਹਾਲਤ ਦੇ ਵਿੱਚ ਫੌਜੀ ਦੇ ਸਰੀਰ ਦੇ ਅੰਦਰ ਇੱਕ ਜ਼ਿੰਦਾ ਬੰਬ ਦਾਖਲ ਹੋ ਜਾਂਦਾ ਹੈ ਤੇ ਇਹ ਬੰਬ ਦਾਖਲ ਹੋ ਜਾਣ ਤੋਂ ਬਾਅਦ ਉਸ ਦੀ ਛਾਤੀ ਦੇ ਵਿੱਚੋਂ ਹੁੰਦਾ ਹੋਇਆ ਉਸ ਦੀ ਰੀੜ ਦੀ ਹੱਡੀ ਤੱਕ ਪਹੁੰਚ ਜਾਂਦਾ ਹੈ ਬਹੁਤ ਹੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਉਸ ਫੌਜੀ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਅਤੇ ਡਾਕਟਰਾਂ ਦੇ ਵੱਲੋਂ ਉਹਦਾ ਆਪਰੇਸ਼ਨ ਦੱਸਿਆ ਜਾਂਦਾ ਹੈ ਪਰ ਆਪਰੇਸ਼ਨ ਦੇ ਦੌਰਾਨ ਕਿਤੇ ਅੰਦਰ ਬਾਡੀ ਦੇ ਅੰਦਰ ਵੜਿਆ ਹੋਇਆ ਬੰਬ ਜ਼ਿੰਦਾ ਬੰਬ ਫਟ ਨਾ ਜਾਏ ਇਸ ਡਰ ਤੋਂ ਬੁਲੇਟ ਪ੍ਰੂਫ ਜੈਕਟ ਪਾ ਕੇ ਆਪਰੇਸ਼ਨ ਥੀਏਟਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਆਪਰੇਟ ਕੀਤਾ ਜਾਂਦਾ ਔਰ ਆਪਰੇਸ਼ਨ ਕਰਕੇ ਸਹੀ ਸਲਾਮਤ ਉਸ ਜ਼ਿੰਦਾ ਬੰਬ ਨੂੰ ਫੌਜੀ ਦੇ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਹੈਰਾਨੀ ਵਾਲੀ ਗੱਲ ਹੈ ਕਿਹਾ ਜਾਂਦਾ ਹੈ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਸੋ ਇਹ ਕਹਾਵਤ ਪੂਰੀ ਦੀ ਪੂਰੀ ਇਸ ਰੂਸੀ ਫੌਜੀ ਦੇ ਉੱਤੇ ਆ ਕੇ ਟੁੱਕਦੀ ਹੈ ਔਰ ਉਸ ਤੋਂ ਬਾਅਦ ਉਸ ਫੌਜੀ ਦੀ ਹਾਲਤ ਸਥਿਰ ਵੀ ਦੱਸੀ ਜਾਂਦੀ ਹੈ ਔਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਦੇ ਦੌਰਾਨ ਉਹ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਡਾਕਟਰਾਂ ਨੇ ਬਹਾਦਰੀ ਦੇ ਨਾਲ ਔਰ ਪੂਰਾ ਆਪਣਾ ਜੋਖਮ ਲੈਂਦਿਆਂ ਹੋਇਆਂ ਉਸ ਦੇ ਸਰੀਰ ਦਾ ਆਪਰੇਸ਼ਨ ਕੀਤਾ ਤੇ ਜ਼ਿੰਦਾ ਬੰਬ ਉਸ ਦੇ ਸਰੀਰ ਦੇ ਵਿੱਚੋਂ ਬਾਹਰ ਕਟਿਆ